ਕਹੀਂ ਵੀ ਮੁਲਕ ਦੀ ਮਈਸ਼ਤ ਦਾ ਦਾਰੋਮਦਾਰ ਉੱਥਾਂ ਦੀ ਸਨਅਤ ਤੋਂ ਪੈਦਾਵਾਰ 'ਤੇ ਹੁੰਦੇ। ਜਨਮ ਤਾਂ ਸਨਅਤ ਦਾ ਪਹੀਆ ਚੱਲਦਾ ਰਹਿੰਦੇ, ਉਵੇਲੇ ਤਾਈਂ ਉੱਥਾਂ ਦੀ ਮਈਸ਼ਤ ਵੀ ਫਲਦੀ ਫੁਲਦੀ ਰਹਿੰਦੀ ਹੈ। ਸਾਡੇ ਮੁਲਕ 'ਚ ਸਾਡੀ ਨਿੱਕੀ ਵੱਡੀ ਸਨਅਤਾਂ ਕੋ ਤਵਾਨਾਈ ਦੇ ਸ਼ਦੀਦ ਬੁਹਰਾਨ ਦਾ ਸਾਹਮਣਾ ਹੈ, ਜਿਹਦੇ ਨਾਲ ਸਾਡੀ ਮਈਸ਼ਤ ਕੋ 280 ਮਿਲੀਅਨ ਰੁਪਏ ਦਾ ਸਾਲਾਨਾ ਖਸਾਰਾ ਥੀਂਦਾ ਪਏ, ਜਿਹੜਾ ਜੋ ਪੂਰੇ ਮੁਲਕ 'ਚ ਇਹ ਵਜ੍ਹਾ ਤੋਂ 4 ਲੱਖ ਤੋਂ ਵੱਧ ਮੁਲਾਜ਼ਮਾਂ ਦੇ ਘਰਾਂ ਦਾ ਚੁੱਲ੍ਹਾ ਠੰਡਾ ਥੀਂਦਾ ਪਏ। ਸਾਡੇ ਮੁਲਕ ਦੇ ਮਜਮੂਈ ਰੈਵਨਿਊ ਦਾ 68% ਸਿਰਫ ਕਰਾਚੀ ਤੋਂ ਹਾਸਲ ਥੀਂਦੇ, ਪਰ ਇੱਥਾਂ ਆਇਓਡੀਨ ਬਿਜਲੀ ਦੀ ਲੋਡ ਸ਼ੇਡਿੰਗ ਅਤੇ ਗੈਸ ਦੀ ਬੰਦਿਸ਼ ਪਾਰੋਂ ਇੱਥਾਂ ਮੌਜੂਦ 15,000 ਤੋਂ ਵੱਧ ਇੰਡਸਟਰੀਅਲ ਯੂਨਿਟਸ ਅਤੇ 35 ਲੱਖ ਤੋਂ ਵੱਧ ਸਮਾਲ ਐਂਡ ਕਾਟੇਜ ਇੰਡਸਟਰੀਜ਼ ਬੁਰੀ ਤਰ੍ਹਾਂ ਮੁਤਾਸਰ ਥੀਂਦੇ ਪੈਣ। ਦੁਨੀਆ ਭਰ 'ਚ ਤਵਾਨਾਈ ਦੇ ਬੁਹਰਾਨ 'ਤੇ ਕਾਬੂ ਪਾਵਣ ਕਿਤੇ ਤਵਾਨਾਈ ਦੇ ਮੁਤਬਾਦਲ ਜ਼ਰਾਇ ਤਲਾਸ਼ ਕਿਤੇ ਵੈਂਦੇ ਪੈਣ, ਜਿਹਦੇ ਕਿਤੇ ਸਾਕੂ ਵੀ ਮੁਤਬਾਦਲ ਤਵਾਨਾਈ ਦੇ ਜ਼ਰਾਇ ਤਲਾਸ਼ ਕਰਨ ਦੀ ਜ਼ਰੂਰਤ ਹੈ। ਪਾਕਿਸਤਾਨ ਮੇਂ ਕੰਸਿਸਟੈਂਟ ਗਵਰਨਮੈਂਟ ਨੇ ਜੋ ਹੈ ਵੋ ਇਸ ਇਸ਼ੂ ਕੋ ਜੋ ਹੈ ਵੋ ਬੁਰੀ ਤਰ੍ਹਾਂ ਸੇ ਨੈਗਲੈਕਟ ਕੀਆ ਹੈ। ਖਾਸ ਤੌਰ ਪਰ ਹਮਨੇ ਡੈਮਸ ਬਣਾਨੇ ਕੇ ਸਿਲਸਿਲੇ ਮੇਂ ਜੋ ਹੈ ਵੋ ਬੜੀ ਗਫਲਤ ਕਾ ਮੁਜ਼ਾਹਰਾ ਕੀਆ ਹੈ। ਭਾਰਤ ਨੇ ਜੋ ਹੈ ਵੋ ਸੈਂਕੜੋਂ ਡੈਮਸ ਜੋ ਹੈ ਵੋ ਬਣਾ ਲੀਆਂ, 62 ਡੈਮਸ ਉਸਨੇ ਸਿਰਫ ਮਕਬੂਜ਼ਾ ਕਸ਼ਮੀਰ ਮੇਂ ਬਣਾ ਲੀਏ, ਔਰ ਹਮੇ ਅਭੀ ਇਸ ਵਕਤ ਪਾਣੀ ਕਾ ਵੀ ਇੱਕ ਬਹੁਤ ਬੜਾ ਕ੍ਰਾਈਸਿਸ ਜੋ ਹੈ ਵੋ ਆ ਰਹਾ ਹੈ। ਲੇਕਿਨ ਦੇਰ ਆਇਆ ਦਰੁਸਤ ਆਇਆ, ਅਭੀ ਹਮਾਰੇ ਪਾਸ ਵਕਤ ਹੈ ਕਿ ਅਗਰ ਹਮ ਇਸਕੋ ਸੰਜੀਦਗੀ ਸੇ ਸੋਚੇ ਤੋ ਹਮ ਆਪਣੇ ਆਇੰਦਾ ਆਨੇ ਵਾਲੀ ਨਸਲੋਂ ਕੇ ਮੁਸਤਕਬਲ ਕੋ ਮਹਿਫੂਜ਼ ਕਰ ਸਕਤੇ ਹੈਂ। ਤਵਾਨਾਈ ਦੇ ਮੁਤਬਾਦਲ ਜ਼ਰਾਇ 'ਚ ਵਿੰਡ ਐਨਰਜੀ, ਸੋਲਰ ਐਨਰਜੀ, ਬਾਇਓਗੈਸ ਅਤੇ ਜੀਓ ਐਨਰਜੀ ਸਾਡੀ ਤਵਾਨਾਈ ਦੀ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ, ਜਿਹਦੇ ਕਿਤੇ ਇਸ ਸੈਕਟਰ 'ਚ ਬੈਰੂਨੀ ਅਤੇ ਅੰਦਰੂਨੀ ਸਮਾਇਆਕਾਰੀ ਦੀ ਜ਼ਰੂਰਤ ਹੈ। ਜੈਸੇ ਕਿ ਵੇਸਟ ਹੈ ਉਸਕੀ ਪ੍ਰੋਡਕਸ਼ਨ ਕੰਟੀਨਿਊਸ ਹੈ, ਇਸੀ ਤਰ੍ਹਾਂ ਵਿੰਡ ਜੈਸੇ ਹੀ ਉਹ ਆਪਕੀ ਐਨਰਜੀ ਮੇਂ ਕਨਵਰਟ ਹੋਈ ਔਰ ਐਨਰਜੀ ਅਵੇਲੇਬਲ ਵਿੰਡ ਅਵੇਲੇਬਲ ਹੋਗੀ, ਤੋ ਯੇ ਵੋ ਚੀਜ਼ੇ ਹੈ ਜੋ ਕਿ ਆਪ ਰਿਨਿਊਬਲ ਔਰ ਆਲਟਰਨੇਟ ਐਨਰਜੀ ਮੇਂ ਸ਼ਾਮਿਲ ਕਰਤੇ ਹੈਂ। ਜੈਸੇ ਕਿ ਆਇਲ ਯਾ ਗੈਸ ਆਪਕੀ ਜ਼ਮੀਨ ਕੇ ਅੰਦਰ ਮੌਜੂਦ ਹੈ, ਇਸੀ ਤਰ੍ਹਾਂ ਕੋਲ ਵੀ ਆਪਕਾ ਜ਼ਮੀਨ ਕੇ ਅੰਦਰ ਮੌਜੂਦ ਹੈ, ਜੋ ਕਿ ਹਜ਼ਾਰ ਸਾਲ ਕੇ ਪ੍ਰੋਸੈਸ ਕੇ ਬਾਅਦ ਬਨਤਾ ਹੈ। ਨਿਊਕਲੀਅਰ ਜੋ ਹੈ ਵੋ ਵੀ ਆਪਕਾ ਇੱਕ ਕਿਸਮ ਕੇ ਨੌਨ ਰਿਨਿਊਬਲ ਸੋਰਸ ਸੇ ਹੀ ਪੈਦਾ ਹੋਤਾ ਹੈ, ਤੋ ਇਸ ਲਈ ਵੋ ਵੀ ਰਿਨਿਊਬਲ ਐਨਰਜੀ ਕਾ ਹਿੱਸਾ ਨਹੀਂ ਬਣਾ। ਬਾਅਦ ਸਨਅਤਕਾਰਾਂ ਦਾ ਆਖਣ ਹੈ ਜੋ ਮੁਤਬਾਦਲ ਤਵਾਨਾਈ ਦੇ ਜ਼ਰਾਏ 'ਚ ਸਰਮਾਇਆਕਾਰੀ ਵਾਸਤੇ ਹਕੂਮਤ ਕੋ ਚਾਹੀਦੇ, ਜੋ ਨਵੀਂ ਇਮਾਰਤਾਂ, ਪਲਾਜ਼ੇ ਅਤੇ ਹਾਊਸਿੰਗ ਸਕੀਮਾਂ ਬਣਾਉਣ 'ਚ ਮੁਤਬਾਦਲ ਤਵਾਨਾਈ ਦੇ ਜ਼ਰਾਏ ਕੋ ਬਾਕਾਇਦਾ ਕਾਨੂੰਨ ਸਾਜ਼ੀ ਦੇ ਤਹਿਤ ਲਾਜ਼ਮੀ ਕਰਾਰ ਦਿੱਤਾ ਵੰਜੇ, ਤਾਂ ਜੋ ਆਵਾਮ ਇਹ ਹਵਾਲੇ ਨਾਲ ਖੁਦ ਕਫੀਲ ਥੀ ਸਕਣ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਗਵਰਨਮੈਂਟ ਨੂੰ ਇਹ ਫੋਰਸ ਕੀਤਾ ਜਾਏ ਕਿ ਉਹ ਇੱਕ ਬਿੱਲ ਪਾਸ ਕਰੇ, ਔਰ ਉਹ ਬਿੱਲ ਇਹ ਹੋਵੇ ਕਿ ਜਿੰਨੇ ਵੱਡੇ ਪ੍ਰੋਜੈਕਟਸ ਬਣਦੇ ਪਏ, ਮਿਸਾਲ ਦੇ ਤੌਰ ਵੱਡੀਆਂ ਬਿਲਡਿੰਗਾਂ ਬਣਦੀਆਂ, ਹੁਣ 50 ਆਫਿਸਿਸ ਹੈਗੇ ਜਾਂ 500 ਫਲੈਟਸ ਬਣਦੇ ਪਏ ਨੇ, ਉਹਨਾਂ ਨੂੰ ਤਾਂ ਬਹੁਤ એનર્ਜੀ ਚਾਹੀਦੀ ਹੈਗੀ, ਬਹੁਤ ਇਲੈਕਟ੍ਰਿਸਿਟੀ ਚਾਹੀਦੀ ਹੈ, ਤੇ ਉਹਨਾਂ ਨੂੰ ਮੈਂਡੇਟਰੀ ਕੀਤਾ ਜਾਵੇ ਕਿ ਉਹ ਆਪਣੀ ਜਿਹੜੀ ਹੈ ਨਾ ਸੋਲਰ એનર્ਜੀ ਦਾ ਸਿਸਟਮ ਆਪਣੀ ਛੱਤਾਂ ਦੇ ਉੱਤੇ ਲਗਾ ਲੈਣ, ਤਾਂ ਕਿ ਉਹ ਆਪਣੀ ਨੀਡਸ ਪੂਰੀ ਕਰ ਲੈਣ। ਮੁਲਕੀ ਜਾਰੀ ਤਵਾਨਾਈ ਦੇ ਬਹਰਾਨ 'ਚ ਮੁਤਬਾਦਲ ਤਵਾਨਾਈ ਦੇ ਜ਼ਰਾਏ ਸਾਡੀ ਕਿਤੇ ਬਹੁਤ ਜ਼ਰੂਰੀ ਹਨ, ਜਿਹਦੇ ਕਿਤੇ ਬੈਰੂਨੀ ਸਰਮਾਇਆਕਾਰੀ ਵਾਸਤੇ ਸਾਜ਼ਗਾਰ ਮਾਹੌਲ ਫਰਾਹਮ ਕਰਨਾ ਸਾਡੀ ਹਕੂਮਤ ਦੀ ਜ਼ਿੰਮੇਵਾਰੀ ਹੈ। ਕੈਮਰਾਮੈਨ ਅਜ਼ਰ ਭੱਟੀ ਦੇ ਨਾਲ ਜਾਵੇਦ ਹੁਸੈਨ, ਰੋਹੀ ਟੀਵੀ, ਕਰਾਚੀ।